ਅਸੀਂ ਜਾ ਰਹੇ ਹਾਂ ਗ੍ਰੈਂਡ ਫਿਨਾਲੇ ਕਰਨ ਤੇ ਥੋੜਾ ਜਿਹਾ ਤੁਹਾਨੂੰ ਪਤਾ ਕਰੋਨਾ ਕਰਕੇ ਕੌਨਸ਼ੀਅਸ ਰਹਿਣਾ ਪੈਂਦਾ ਹੈ ਤਾਂ ਸਾਰੀ ਆਪਾਂ ਜੋ ਵੀ ਹੈਗੀ ਫਾਰਮੈਲਿਟੀ ਕਰ ਰਹੇ ਹਾਂ ਨਾਲ ਸਾਡੇ ਸਾਰੇ ਕੰਟੈਸਟੈਂਟ ਨਾਲ ਕੁਲਜੀਤ ਸਰ ਮਿਲਦੇ ਹਾਂ ਜਲਦੀ ਜਾ ਰਿਹਾ ਫਲਾਈਟ ਲੋ ਜੀ ਬਹਿ ਗਏ ਫਲਾਈਟ ਨਾਲ ਬੈਠਾ ਆ ਰੁਸਤਮ ਉੱਧਰ ਬੰਦੇ ਬੈਠੇ ਪਹਿਚਾਣ ਨਹੀਂ ਹੋਣੇ ਸੋਨ ਸਾਗਰ ਬੈਠਾ ਆ ਸ਼ਿਵਮ ਲੋਧੀ ਰੁਸਤਮ ਭਾਈ ਘੁੰਡ ਚੁੱਕਣਾ ਪੈਂਦਾ ਆ ਦੇਖੋ ਲੋ ਜੀ ਮੁੰਬਈ ਪਹੁੰਚ ਗਏ ਹਾਂ ਬੜਾ ਵਧੀਆ ਸਫ਼ਰ ਰਿਹਾ ਪਹੁੰਚ ਗਿਆ ਜੀ ਮੁੰਬਈ ਇਹ ਬੰਦਾ ਐਜ਼ ਯੂਜ਼ੁਅਲ ਫੋਨ 'ਤੇ ਲੱਗਿਆ ਉਹ ਨਹੀਂ ਮੈਂ ਦੇਖਿਆ ਸਾਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਪਹੁੰਚ ਚੁੱਕੇ ਹਾਂ ਆਪਣੇ ਹੋਟਲ ਦੀ ਛੱਤ 'ਚ ਤੁਸੀਂ ਦੇਖ ਸਕਦੇ ਹੋ ਇਹ ਜੀ ਮੇਰਾ ਯੂਟਿਊਬ 'ਤੇ ਫਸਟ ਬਲੌਗ ਆ ਤੋ ਸਾਰੇ ਜਾਣੇ ਜ਼ਰੂਰ ਸਪੋਰਟ ਕਰੀਓ ਇੱਧਰ ਸਾਡੇ ਸਾਰੇ ਵੱਡੇ ਵੀਰ ਹਣੀ ਸਿੰਘ ਨਾਲ ਸ਼ੁਭ ਮਲੋਦੀ ਮਿਲਦੇ ਹਾਂ ਜਲਦੀ ਆਪਾਂ ਗ੍ਰੈਂਡ ਫਿਨਾਲੇ 'ਤੇ ਗ੍ਰੈਂਡ ਫਿਨਾਲੇ ਸਤਿ ਸ਼੍ਰੀ ਅਕਾਲ ਜੀ ਤੋ ਇਹ ਮੇਰਾ ਯੂਟਿਊਬ 'ਤੇ ਪਹਿਲਾ ਵਲੌਗ ਆ ਜਿੱਥੇ ਵੀ ਅਸੀਂ ਰੁਕੇ ਹਾਂ ਹੋਟਲ ਦਾ ਨਾਮ ਮੈਨੂੰ ਪਤਾ ਨਹੀਂ ਪਰ ਅਸੀਂ ਉਹਦੀ ਛੱਤ 'ਤੇ ਆ ਗਏ ਹਾਂ ਤਾਂ ਦੇਖੋ ਜੀ ਸਾਰੇ ਵਿਊ ਬਹੁਤ ਸੋਹਣਾ ਹੈ ਇੱਥੋਂ ਨਜ਼ਾਰਾ ਫੁੱਲ ਆ ਰਿਹਾ ਇੱਧਰ ਸਾਰੀ ਦੁਨੀਆ ਨੂੰ ਅਸਾਂ ਕੀ ਕਰਨਾ ਗਾਓ ਗਾਓ ਕਿਸੇ ਸੋਹਣੇ ਉੱਤੇ ਅਸਾਂ ਮਰਨਾ ਸਾਨੂੰ ਤੇ ਚੰਗਾ ਤੂੰ ਲੱਗਣੇ ਸੋਹਣਿਆ ਸਾਨੂੰ ਤੇ ਚੰਗਾ ਤੂੰ ਲੱਗਣੇ ਸੋਹਣਿਆ ਸਾਨੂੰ ਤੇ ਚੰਗਾ ਤੂੰ ਤੇਰੇ ਪਿਆਰ ਚ ਚੰਨਾ ਖੋ ਗਏ ਆ ਤੈਨੂੰ ਥੱਕਿਆ ਤਾਂ ਤੇਰੇ ਹੋ ਗਏ ਆ ਤੇਰੇ ਪਿਆਰ ਵਿੱਚ ਚੰਨਾ ਖੋ ਗਏ ਆ ਤੈਨੂੰ ਥੱਕਿਆ ਤਾਂ ਤੇਰੇ ਹੋ ਗਏ ਆ ਉਹ ਇੱਕ ਪਲ ਦਾ ਵਿਛੋੜਾ ਨਹੀਂ ਉਹ ਚੱਲਦਾ ਕਿਸੇ ਸੋਹਣੇ ਉੱਤੇ ਸਾਨੂੰ ਤੇ ਚੰਗਾ ਤੂੰ ਲੱਗਣਾ ਸੋਹਣਿਆ ਸਾਨੂੰ ਤੇ ਚੰਗਾ ਤੂੰ ਲੱਗਣਾ ਸੋਹਣਿਆ ਸਾਨੂੰ ਤੇ ਚੰਗਾ ਤੂੰ ਲੱਗਦੇ ਮਿਲਦੇ ਆ ਜੀ ਨੈਕਸਟ ਵੀਡੀਓ 'ਚ ਲੋਕਡਾਊਨ ਵਿੱਚ ਰਹਿ ਕੇ ਥੋੜ੍ਹੇ ਜਿਹੇ ਹੈਲਦੀ ਹੋ ਗਿਆ ਤਾਂ ਕਰਕੇ ਐਕਸਰਸਾਈਜ਼ ਸ਼ੁਰੂ ਕੀਤੀ ਆ ਤਾਂ ਕਿ ਫਿਨਾਲੇ ਵਿੱਚ ਥੋੜ੍ਹਾ ਜਿਹਾ ਕੰਮ ਜੱਚ ਸਕੇ ਨਾਲ ਮੇਰਾ ਭਰਾ ਸੁਖ ਸਾਗਰ ਹਾਲ ਵਰਕਆਊਟ ਆ ਜੀ ਇਹ ਵਿਦਆਊਟ ਕੋਈ ਇਕੁਇਪਮੈਂਟ ਇੱਦਾਂ ਆਪਾਂ ਲਾ ਸਕਦੇ ਹਾਂ ਅਤੇ ਸਾਡਾ ਹੈਗਾ ਲੈਗ ਡੇ ਆ ਦੋਨੇ ਭਰਾ ਲੱਗੇ ਹੋ ਆ ਕਹਿੰਦੇ ਨੀਹਾਂ ਮਜ਼ਬੂਤ ਹੋਣੀਆਂ ਚਾਹੀਦੀਆਂ ਸਹੀ ਗੱਲ ਹੈ ਜੇ ਆਪਾਂ ਮਤਲਬ ਲੈਗ ਲਾਵਾਂਗੇ ਤਾਂ ਹੀ ਆਪਣੀਆਂ ਆਪਾਂ ਦੇਖ ਲੈਂਦੇ ਕਈ ਬੰਦੇ ਹੁੰਦੇ ਆ ਉੱਪਰੋਂ ਏਦਾਂ ਹੁੰਦੇ ਆ ਤਾਂ ਲਿਓ ਏਦਾਂ ਲੱਗਦਾ ਵੀ ਜਿੱਦਾਂ ਕੋਈ ਕੋਕੋ ਦਾ ਕਾਰਟੂਨ ਖੜਾ ਹੁੰਦਾ ਹੈ ਉਹ ਨੇ ਪਿੱਛੇ ਲੋਦੀ ਜਿਵੇਂ ਅੱਗੇ ਮੈਂ ਰੁਸਤਮ ਓਕੇ ਜੀ ਇਹ ਬਹੁਤ ਫਿੱਟ ਆ ਕਾਲ ਜੀ ਅਸੀਂ ਕਰ ਰਹੇ ਆ ਰਿਹਰਸਲ ਨਾਲ ਸਾਡੇ ਹੈਲੋ ਇੱਕ ਵਾਰੀ ਹੁਣ ਮਮਤਾ ਭਾਰਦਵਾਜ ਤੁਹਾਨੂੰ ਹੱਸ ਕੇ ਦਿਖਾਓਗੀ ਚਲਾ ਕੇ ਹਾਂ ਬੱਚੇ ਦੀ ਆਵਾਜ਼ ਕੱਢ ਕੇ ਦਿਖਾਓਗੀ ਮਮਤਾ ਭਾਰਦਵਾਜ ਚਲੋ ਤੇਰੇ 'ਚ ਨਹੀਂ ਹੈਗਾ ਕੋਈ ਟੈਲੈਂਟ ਇਹਦੇ ਵਿੱਚ ਮੂੰਹ ਟਕਣ ਦਾ ਬਹੁਤ ਵਧੀਆ ਚੈਲੰਜ ਆ ਉਹ ਟੈਲੈਂਟ ਆ ਓਏ ਓਏ ਨੀ ਤੋ ਬਾਬਾ
चल जे किसी की लत दुखदी आ ते जड़ा आ पोज करो ते मेरे दे नाल जड़ी आ कि भाफ निकलदी आ लत नूं आराम मिलदा ओए गुदगदारी भी कढ़दा बंदा पर ऐदा नहीं करना चाहीदा इधर रुस्तम थोड़ा जिहा ढिल्ला चलदा पर हो जाणा सैट पंजा लग रहा दोनों पहलवान ने दोबारा आजा दोबारा आजा यार चलो चलो देख दे हुण चीटिंग नहीं करनी आ देखो इधर सुर सागर का भी डोला कैम है उधर वो भी कैम है वो आया वीडियो बन दी देखो इन्हें बंदा डराता पहलवान गाइस इधर प्रैक्टिस चल रही है ग्रैंड फिनाले दी महक ममोत्रा शुभम शिंदो सॉरी महक ममोत्रा ते प्रैक्टिस चल रही है कर हर मैदान फतेह मिस पूजा दिमासी दी कुड़ी मिस दूजा सही है तू ही मेरी मंजिल है पहचान तुझसे रतन मेरे वतन गाना जड़ा रुस्तम भाजी नूं याद नहीं है ममता ने गा लिया ते हुण इह वीडियो बनानी सीगी ते ममता इहनूं गवा रही आ ते बार बार गलत हो रहा ते काम पूरा घड़ेच हो गया होया ये जड़े हिंदी गाने मैं कभी गाने की कोशिश नहीं की इधर ममता जी साढ़े उन्होंने गा लिया वा और मेरा साथ दे रहे ने मतलब ओके ममता जी रुस्तम नाल तुसी अपना की कर रहे ड्यूट वाला गाना कर रहे हो तुहाडा एक्सपीरियंस रुस्तम नूं लैके भगवान करे गाना तैयार हो जाए बस ओके ये तो अरदास हो गई ऐसी एक्सपीरियंस हो जाए आओ एक्सपीरियंस ऐसा इतने टेक हो गए यार इतने टेक हो गए मैं मुझे समझ नहीं आ रहा लास्ट हां 20वां टेक ममता जी पलट गए चलो जी मिलते हैं जन्म
ਕੀ ਕਰੀ ਜਾਂਦਾ ਯਾਰ ਇਹ ਆਪਣੇ ਲੱਗੇ ਰਹਿੰਦਾ ਉਸਤਾਦ ਇਹ ਰੋਂਦਾ ਰਹਿੰਦਾ ਇਹ ਰੋਂਦਾ ਰਹਿੰਦਾ खुशी की मुबारक घड़ी आ गई है हिमाचल दे सजी सुरख जोड़े में सजी सुरख जोड़े में ये सोर सागर थी गा जी जिसने इतना ऊंचा गा लिया लगता है दुल्हन का तो दिल दीवाना लगता है होप यू गाइज लाइक दिस वीडियो एंड सब्सक्राइब माई चैनल प्रमोशन भी बहुत जरूरी है ए मास्क वाली बीबियां कितों आईया विनर लड़पिया इटा इटा फड़ाओ मेरा वीर इटा गल सुन बच्चे वाली आवाज बोल के मन साहब का चैनल सब्सक्राइब करो चल चल सीरियस हो गए 1 2 3 स्टार्ट चल ये शुभम को डांस सिखाया जा रहा है सजन जी थोड़िया क्या ने बातां थोड़े दिन ने थोड़िया ही ने रातां सोचिया सी मैं कदे चन नू वेखना पाल मुकिया के मुखड़े हसीन ते तारिया दे देस रहन वाले लो Ya
याद कर दाई रेंदा जो जमीन ते ओ तारे साडा ग्रैंड फिनाले दा जेड़ा सेट बहुत सारे सिंगर्स बहुत सारे लोगों का इतने आने का सपना आ क्योंकि जोड़ा जी टीवी जो हिंदी भी जो शूट हों सारा है ना वह भी इतें शूट हों तो मतलब दिल खुश हो गया सैट पर साढ़े बैठे ने कंटेस्टेंट इधर तो इधर जजिस ने ब्रेक हुई है जजिस आके बैठे तो मतलब यार सैट ना बहुत अच्छे सत श्रीकाल जी सारे अज साडा फिनाले असी सैट के उत्ते बैठे हाँ अज आ साडा सैट आ तुसी सारे देख सकते हो यही सैट आ जिथे वड्डे वड्डे सारे शो होंगे ने इधर असी कंटेस्टेंट बैठे एक एक करके साडी वारी आनी है तुसी देख सकते हो राहुल रुस्तम शुभम लोधी महक उधर सुर सागर बैठा आ ते मेरी वारी हो चुकी है राहुल दी हो चुकी है शुभम दी हो चुकी है ते ममता दी हो रही है फिनाले बस हुण रिजल्ट्स आने ने ते आपां गाणा गुणा गा चुके इधर साडे रुस्तम भरा सोहणे लग रहे ने इधर साडे ममता जी थोड़ा नर्वस बैठे ने शुभम लोधी जी अपना परफॉर्म करके आए ने हुसना दी परी महक बमोत्रा सुर सागर भरा साडे होस्ट ते दोस्त तेहरान बख्शी है फिनाले चल रहा देखो शूट चल रहा वो ये साढ़े है जी लक्की भाजी जेडे फतो ते सारे दे मतलब फनी रोल करते हैं बहुत ही घेंट भाजी साढ़े सत श्रीकाल गाइज अज साडा फिनाले का दूसरा दिन आ शूट का ते अज पता लग जाना कि सारे गा मापा पंजाबी का जो विनर कौन है ते एक तुहाडे नाल होर गल शेयर करते हैं साढ़े माइक तुहानू दिखाने साढ़े मैकां दे नाम लिखिया आ देखो एम सागर मन सागर का मैक उठा देख रहे जी सुर सागर का बाइक इधर साढ़े बैंटस जी सर जी सर जी उधर बैंड चैक हो रहा सर करवा रहे ने पूरा बैंड चैक तो उस तो बाद आप मिलेंगे जो लोसमेंट होनी है हैलो गाइज असी बैक स्टेज बैठे हाँ साड़ी परफॉर्मेंस आने वाली एक करके असी बैक स्टेज बैठे हाँ वेरी एक्साइटेड तो लेट्स सी की बनता इधर सारे देखो जी ਕਿੰਨਾ ਕਿ ਐਕਸਾਈਟਿਡ ਹੋ ਤੁਸੀਂ ਸਾਰੇ ਇਹ ਉੱਪਰ ਉੱਪਰੋਂ ਕਹਿ ਰਿਹਾ ਪਰ ਅੰਦਰੋਂ ਸਾਰੇ ਡਰੇ ਹੋਏ ਨੇ ਪੁੱਛ ਲਓ ਮੈਂ ਤੁਹਾਨੂੰ ਡਰਿਆ ਲੱਗਦਾ ਨਹੀਂ ਲੱਗਦਾ ਨਾ ਮੈਂ ਦੱਸਦਾ ਤੁਹਾਨੂੰ ਸਭ ਤੋਂ ਵੱਧ ਕੌਣ ਡਰਿਆ ਮੈਂ ਤੁਹਾਨੂੰ ਉਧਰ ਕਰੋ ਮਾੜਾ ਕੈਮਰਾ ਹੁਣ ਹੱਸਦੀ ਇਹ ਹੁਣ ਹੱਸਦੀ ਪਈ ਹੈ ਪਹਿਲਾਂ ਤਾਂ ਮੂੰਹ ਜਮੇ ਲਟਕਿਆ ਪਿਆ ਸੀ ਛੋਟੀ ਟੂ ਯਾਰ ਦਾ ਮੂੰਹ ਹੋਇਆ ਪਿਆ ਸੀ ਅੱਜ ਤੋਂ 2 ਮਿੰਟ ਪਹਿਲਾਂ ਅੱਜ ਤੋਂ 2 ਮਿੰਟ ਆ ਦੇਖੋ ਇਹ ਬੋਲਦਾ ਹੀ ਕੁਛ ਨਹੀਂ ਪਿਆ ਮੈਂ ਕੀ ਬੋਲਣਾ ਯਾਰ ਉੱਥੇ ਇਹ ਬੰਦਾ ਇਸ ਜਾ ਕੇ ਮਾਹੌਲ ਕੀ ਆ ਇਹ ਬੰਦਾ ਇਸ ਟਾਈਮ ਹੋਇਆ ਪਿਆ ਸੁਨ ਖਾ ਜਸਨ ਹਾਂ ਸਹੀ ਸਹੀ ਗਾਇਸ ਬਸ ਚੱਲੇ ਆ ਸਟੇਜ ਤੇ ਲੈਟਸ ਸੀ ਕੀ ਹੁੰਦਾ ਹੈ ਹੈਲੋ ਗਾਇਸ ਆਈ ਐਮ ਸਨੀ गाइज ये ने अमृता मैडम जेडे सानू ब्रीफ करते हैं तो सारा कुछ दस दिया कि ने की करना है ये मैडम तुहानू सारा दस दिया कि करना कितना नहीं तो इन्हों असी फॉलो करते हैं सारे जाने जिन्ने च तू पली आनी सारी सजदी उन्ने च ता मित्रा दी टाई आउंदी है मैं क्या गाइज हुण विनर कढ़न लगे ने ते मैं पक्का कह सकदा कि सुर सागर विनर आ ये बाद विच वीडियो देख लवे जी गाइज आप बैठे हवेली सुर सागर भाजी वापस पंजाब आ गए तो हम लंच का टाइम हो गया हवेली बैठे हैं सुर सागर भाजी साहिल भाजी
ਭਾਜੀ ਫੋਨ ਤੇ ਲੱਗੇ ਹੋਏ ਨੇ, ਇਧਰ ਸਾਰੀ ਫੈਮਿਲੀ ਬੈਠੀ ਹੈ ਜੀ, ਇੱਧਰ ਸਾਡੇ ਰੁਸਤਮ ਜੀ। ਸਤਿ ਸ਼੍ਰੀ ਅਕਾਲ ਜੀ। ਸਹੀ ਗੱਲ ਹੈ ਵੀ ਪੰਜਾਬ ਵਰਗੀ ਰੀਸ ਨਹੀਂ ਕਿਤੇ ਵੀ ਹੈਗੀ, ਪੰਜਾਬ ਨੂੰ ਅਸੀਂ ਬਹੁਤ ਦਿਨਾਂ ਤੋਂ ਮਿਸ ਕਰ ਰਹੇ ਸੀ ਅਤੇ ਬੰਬੇ ਨੂੰ ਤਾਂ ਮੱਥਾ ਟੇਕ ਆਏ ਅਸੀਂ, ਅੱਜ ਉੱਥੇ ਨਹੀਂ ਕਦੀ ਜਾਵਾਂਗੇ ਦੁਬਾਰਾ, ਬਹੁਤ ਖਤਰਨਾਕ ਮਾਹੌਲ। ਦੱਸੋ ਹੁਣ ਇਹਨਾਂ ਦਾ ਕੀ ਕਰੀਏ, ਉਹ ਕਹਿੰਦਾ ਮੈਂ ਮੁੰਬਈ ਜਾਣਾ ਨੀ, ਉਹ ਕਹਿੰਦੀ ਮੈਂ ਰਹਿਣਾ ਹੀ ਮੁੰਬਈ ਆ। ਕੁੜੀ ਨੂੰ ਬੰਬੇ ਨਾਲ ਪਿਆਰ ਹੋ ਗਿਆ, ਰੋਟੀ ਖਾਣ ਤੋਂ ਬਾਅਦ ਇਹਨੂੰ ਫਿਰ ਇਸੋ ਏਅਰਪੋਰਟ ਤੋਂ ਚੜਾਇਆ ਜਾਊਗਾ ਜੀ ਬੰਬੇ। ਲੈ ਵੀ ਤਿਆਰ ਆ ਤੂੰ? ਅਰੇ ਮੈਂ ਰੈਡੀ, ਇੱਕਦਮ ਰੈਡੀ। ਚਲੋ ਠੀਕ ਆ, ਹੁਣ ਸਾਨੂੰ ਫਿਰ ਦੁਬਾਰਾ ਜਾਣਾ ਪੈਣਾ। ਤੁਸੀਂ ਕੁਛ ਕਹਿਣਾ ਚਾਹੋਗੇ? ਮੈਂ ਬਸ ਹੁੰਦਾ ਮੈਂ ਬੰਦੇ ਚੱਲ ਜਾਣਾ ਦੁਬਾਰਾ ਮੁੰਬਈ। ਦੇਖੋ ਜੇ ਚੈਨਲ ਵਾਲਿਆਂ ਨੇ ਬੁਲਾਇਆ ਤਾਂ ਫਿਰ ਜਾਣਾ ਹੀ ਪੈਣਾ, ਮਨਾ ਵੀ ਨਹੀਂ ਕਰ ਸਕਦੇ ਕੰਟਰੈਕਟ ਹੋਇਆ ਆਪਣਾ, ਜਾਣਾ ਪੈਣਾ। ਠੀਕ ਹੈ ਚਲੋ, ਦੇਖਦੇ ਹਾਂ ਸਕਦੇ ਜਾਂ ਨਹੀਂ ਸਕਦੇ, ਵੈਸੇ ਮੈਨੂੰ ਉਮੀਦ ਨਹੀਂ ਹੈਗੀ ਸਾਗਰ ਸਾਹਿਬ। ਚਲੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜਿੱਦਾਂ ਤੁਹਾਨੂੰ ਪਤਾ ਕਿ ਅਸੀਂ ਜਿਹੜੀ ਇੱਕ ਵੀਡੀਓ ਵਲੋਗ ਵਾਲੀ ਸਟਾਰਟ ਕੀਤੀ ਸੀ ਅਤੇ ਉਹਦਾ ਐਂਡ ਅੱਜ ਹੋ ਚੁੱਕਿਆ ਕਿਉਂਕਿ ਸਾਨੂੰ ਇੱਕ ਵਿਨਰ ਮਿਲ ਗਿਆ ਅਤੇ ਤੁਸੀਂ ਸਾਰਿਆਂ ਨੇ ਐਪੀਸੋਡ ਦੇਖਿਆ, ਬਹੁਤ ਜ਼ਿਆਦਾ ਫਿਨਾਲੇ ਨੂੰ ਇੰਜੋਏ ਕੀਤਾ ਅਤੇ ਚਲੋ ਜੋ ਵੀ ਰਿਜ਼ਲਟ ਹੁੰਦਾ ਉਹ ਸਾਨੂੰ ਸਿਰ ਮੱਥੇ ਰੱਖਣਾ ਪੈਂਦਾ ਆ, ਹੈ ਨਾ, ਜੋ ਵੀ ਕਿਸਮਤ ਦੀ ਗੱਲ ਹੈ ਜਦੋਂ ਵੀ ਜੋ ਹੋਣਾ। ਅਤੇ ਤੁਹਾਨੂੰ ਆਪਣੇ ਵਿਨਰ ਨਾਲ ਅੱਜ ਮਿਲਾਉਣ ਲੱਗੇ ਹਾਂ ਅਤੇ ਟਰੋਫੀ ਹੱਥ ਜਾ ਆ ਲਓ। ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਭਾਅ ਜੀ ਨੂੰ। ਥੈਂਕ ਯੂ ਭਾਅ ਜੀ, ਅਤੇ ਭਾਅ ਜੀ ਮਿਹਰਬਾਨੀ ਸਾਡੀ। ਕਿੱਦਾਂ ਲੱਗਦਾ ਫਿਰ ਤੁਹਾਨੂੰ, ਮਤਲਬ ਕੀ ਫੀਲ ਤੁਸੀਂ ਕਰਦੇ ਹੋ, ਕੀ ਕਹਿਣਾ ਚਾਹੋਗੇ? ਫੀਲ ਬਸ ਇੱਦਾਂ ਕਰਦੇ ਹਾਂ ਵੀ ਹੁਣ ਹਵੇਲੀ ਅਸੀਂ ਬਹਿ ਕੇ ਹਟੇ ਹਾਂ ਜੀ ਅਤੇ ਘਰ ਦੇ ਵੀ ਸਾਰੇ ਨਾਲ ਆਏ ਆ, ਸਾਰੀ ਫੈਮਿਲੀ ਮੈਂਬਰ ਨਾਲ ਆ ਅਤੇ ਢਿੱਡ ਭਰਿਆ ਪਿਆ, ਹੁਣ ਵੀ ਥੋੜ੍ਹੀ ਨੀਂਦ ਆਉਂਦੀ ਆ, ਰਾਤੀ ਸਾਰੀ ਰਾਤ ਸੁੱਤੇ ਨਹੀਂ ਬੰਦੇ, ਪਾਰਟੀ ਕਰਦੇ ਵੀ। ਬਿਲਕੁਲ ਬਿਲਕੁਲ, ਬਹੁਤ ਮਜ਼ਾ ਆਇਆ, ਬਹੁਤ ਬਹੁਤ ਮੁਬਾਰਕਾਂ ਭਾਅ ਜੀ ਨੂੰ ਔਰ ਭਾਈ ਜੀ ਪੂਰੀ ਫੈਮਿਲੀ ਨੂੰ ਅਤੇ ਇੱਦਾਂ ਦੇ ਭਰਾ ਜਿਹੜੇ ਬਹੁਤ ਘੱਟ ਮਿਲਦੇ ਆ ਦੁਨੀਆਂ ਦੇ ਵਿੱਚ। ਫਾਈਨਲੀ ਟਰੋਫੀ ਆ ਚੁੱਕੀ ਹੈ, ਦੇਖੋ ਟਰੋਫੀ ਮੇਰੀ ਨਹੀਂ ਸਾਰਿਆਂ ਦੀ ਹੈ ਜੀ। ਹਾਂ ਬਿਲਕੁਲ ਸਾਰਿਆਂ ਦੀ। ਅਤੇ ਜਿਹੜੇ ਸਾਡੇ ਫਸਟ ਰਨਰ ਅਪ ਹੋਈ ਆ ਉਹ ਸਾਡੀ ਕੁੜੀ ਮਹਿਕ ਹੈ, ਮੈਂ ਬਸ ਇਹੀ ਕਹਿਣਾ ਚਾਹੂੰਗੀ ਕਿ ਆਪ ਸਭ ਨੇ ਇਤਨਾ ਜ਼ਿਆਦਾ ਪਿਆਰ ਦਿਆ ਔਰ ਇਤਨਾ ਇਤਨਾ ਜ਼ਿਆਦਾ ਸਪੋਰਟ ਕੀਆ ਜਿਸ ਕੀ ਵਜ੍ਹਾ ਸੇ ਅੱਜ ਬਿਨਾਲੇ ਮੈਂ ਟੋਪ ਸਿਕਸ ਮੈਂ ਥੀ, ਟੋਪ ਫੋਰ ਮੈਂ ਆਈ, ਦੈਨ ਮੇਰੀ ਪੋਜੀਸ਼ਨ ਆਈ। ਸੋ ਥੈਂਕ ਯੂ ਸੋ ਮਚ ਇਤਨਾ ਪਿਆਰ ਦੇਣੇ ਕੇ ਲੀਏ, ਬਸ ਐਸੇ ਪਿਆਰ ਦਿੱਤੇ ਰਹੀਏ ਕਿਉਂਕਿ ਅਭੀ ਔਰ ਵੀ ਬਹੁਤ ਅੱਗੇ ਜਾਣਾ ਹੈ ਹਮੇ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਗਾਈਸ, ਅਸੀਂ ਸਾਡੀ ਜਰਨੀ ਤੁਸੀਂ ਦੇਖੀ ਹੋਏਗੀ ਸਾਰੇ ਗਾਮਾ ਪਾਰਟੀ ਦੇ ਫਾਈਨਲ ਤੱਕ ਦੀ ਤੇ ਬਹੁਤ ਸਾਰੀ ਮਸਤੀ ਕੀਤੀ ਅਸੀਂ ਸਾਰਿਆਂ ਨੇ ਤੇ ਹੋਪ ਆਈ ਹੋਪ ਕਿ ਤੁਹਾਨੂੰ ਬਹੁਤ ਜ਼ਿਆਦਾ ਪਸੰਦ ਆਈ ਹੋਏਗੀ ਤੇ ਜਿੰਨਾ ਹੋ ਸਕੇ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਅਰੇ ਨਹੀਂ ਲੜਨਾ ਨਹੀਂ ਹੈ ਤੋ ਦੋਸਤੋ, ਇਹ ਤਾਂ ਲੜ ਪਈਆਂ ਨੇ ਤੋ ਆਪਾਂ ਮਿਲਾਂਗੇ। ਅੱਛਾ ਅੱਛਾ, ਆਪ ਲੋਗ ਹਮ ਸਬਕੋ ਬਹੁਤ ਪਿਆਰ ਦੇ ਰਹੇ ਹੋ ਔਰ ਐਸੇ ਪਿਆਰ ਦੇਤੇ ਰਹੀਏ, ਐਸੇ ਹੀ ਬਹੁਤ ਪਿਆਰ ਕਰਤਾ ਹੈ, ਐਸੇ ਕੌਣ ਪਿਆਰ ਕਰਤਾ ਹੈ ਭਾਈ।